अगर कोई शादी का खैशमंद होवे ता ए हाजिर है साडे उस्ताद मोहतरम अस्सलाम वालेकुम जी उस्ताद रणमुरी जाहिद गफूर मुल्तान मोबाइल तो अच्छा माशाल्लाह अस्सलाम वालेकुम अस्सलाम वालेकुम अस्सलाम वालेकुम तुसने तो पर यूट्यूब चैनल कमला सरे की मैं सैयद शहर में दी उम्मीद करे ने सारे दोस्त बाप ठीक हो सन सभी अल्लाह आले मोहम्मद करम नवाजी नाल तोरे प्यार नाल तोरे दुआई नाल तोरे मोहब्बत नाल अल्हम्दुलिल्लाह ठीक है हंसते रहो वसते रहो आबाद हो शाद रहो लाइक फॉलो सब्सक्राइब कीती रहो आज दा मजेदार व्लॉग करन पई उम्मीद नाल शुरू हो जिथे जिथे सारे चाहण आले होसन सब प्यार देवण आले होसन यकीनन अल्लाह आले मोहम्मद दी हिफ्ज़ अमान च होसन वेंदे पए मुल्तान ते साडा भांजा है मुजम्मिल मुजम्मिल अब्बास नकवी साहब ऐसा को पुछावण वेंदे पन फरीदाबाद ते मिलदे हैं मुल्तान जुल के ते तुसा रासो साडे नाल ना फाइनल सही असई टाइम पहुंच गए नादरन बाईपास मुल्तान दी हदूद च इंटर थी चुके हैं। ये माशाल्लाह खूबसूरती देखो ये चुरंगी है चौरस्ता है बड़ा खूबसूरत नज़ारा है। खैर नाल सिंह गड्डी तो लह गए हैं ये विहाड़ी चौक है लारी अड्डा इतना हर शहर की गड्डी मिल पैंती है ਤਾਂ ਵਹਿੰਦੇ ਪਏ ਹੋਟਲ ਦੇ ਇਹ ਉੱਤੇ ਮੈਟਰੋ ਸਟੇਸ਼ਨ ਨੇ ਘਰੋਂ ਨਾਸ਼ਤਾ ਕਰਕੇ ਕੋਨਾ ਸੇ ਗਏ ਹੋਟਲ 'ਤੇ ਵਹਿੰਦੇ ਪਏ ਤਾਂ ਹੋਟਲ ਦਾ ਵੀ ਮਾਹੌਲ ਦਿਖਾਉਂਦੇ ਹੈ ਤੁਸੀਂ ਸਾਡੇ ਨਾਲ ਨਾਲ ਰਸੋ ਤਾਂ ਕੋ ਸਾਰਾ ਅੱਜ ਮੁਲਤਾਨ ਦਾ ਮਾਹੌਲ ਦਿਖਾਉਂਦੇ ਰਸੋ ਇਹ ਲੈਣ ਵਿੱਚ ਸਹੀ ਹੋਟਲ ਵਿਹੀਨ ਅੱਡੇ ਵਿਹੀਨ ਤਾਂ ਜਿਹੜੀ ਹੋਟਲ 'ਤੇ ਵਹਿੰਦੇ ਪਏ ਪਹਿਲੀ ਦਫਾ ਵਹਿੰਦੇ ਪਏ ਅਸਾਂ ਪਹਿਲੇ ਹੀ ਹੋਟਲ 'ਤੇ ਕਦਾਂ ਨਹੀਂ ਸੇ ਗਏ ਤਾਂ ਕੋ ਹੋਟਲ ਦਾ ਵੀ ਮਾਹੌਲ ਦਿਖਾਉਂਦੇ ਹੈ ਔਰ ਬੜੀ ਹੋਟਲ ਦੀ ਤਾਰੀਫ ਸੁਣੀ ਸੇ ਵਹਿੰਦੇ ਪਏ ਤਾਂ ਕੋ ਹੋਟਲ ਲਿਖਾਉਂਦੇ ਹੈ ਫਾਈਨਲੀ ਪਹੁੰਚ ਗਏ ਹੋਟਲ ਦੇ ਤਾਂ ਕੋ ਅੰਦਰ ਦਾ ਵੀ ਮਾਹੌਲ ਲਿਖਾਉਂਦੇ ਹੈ ਇਹ ਤੁਹਾਡੇ ਸਾਹਮਣੇ ਮਾਸ਼ਾਅੱਲਾ ਸਫਾਈ ਸੁਥਰੀ ਕੁਰਸੀਆਂ ਬਿਹਤਰੀਨ ਨਿਜ਼ਾਮ ਹੈ ਸਹੀ ਜ਼ਬਰਦਸਤ ਫਾਈਨਲੀ ਸਹੀ ਮੁਲਤਾਨ ਖੈਰ ਨਾਲ ਪਹੁੰਚ ਗਏ ਨਾਸ਼ਤਾ ਕਰਦੇ ਹੈ ਨਾਸ਼ਤਾ ਕਰਕੇ ਬਾਅਦ ਬਸ ਗੱਲਾ ਮੰਡੀ ਤੋਂ ਕੋ ਇਨਸ਼ਾਅੱਲਾ ਮਜ਼ੇ ਮਜ਼ੇ ਦੇ ਅੱਛੇ ਅੱਛੇ ਵਿਊ ਚੈੱਕ ਕਰਵਾ ਸਕਦਾ ਤੁਸੀਂ ਨਾਲ ਸਾਡੇ ਨਾਲ ਨਾਸ਼ਤਾ ਕਰਦੇ ਆਓ ਬਿਸਮਿਲ੍ਲਾ ਖੈਰ ਨਾਲ ਸਹੀ ਨਾਸ਼ਤਾ ਕਿਤੇ ਕਰ ਇਹ ਵਿਹਾੜੀ ਚੌਕ ਦਾ ਮਾਹੌਲ ਤੋਂ ਕੋਈ ਦਿਖਾਉਂਦੇ ਪਏ ਇਹ ਸਾਰੇ ਚੌਰਸ ਤਿੰਨ ਕੋਈ ਕਹਿ ਸ਼ਹਿਰ ਵਾਲੇ ਪਾਸੇ ਵਹਿੰਦਾ ਪਿਆ ਕੋਈ ਕਹਿ ਸ਼ਹਿਰ ਵਾਲੇ ਪਾਸੇ ਇਹ ਉੱਤੇ ਮੈਟਰੋ ਪੁੱਲੇ ਸਿਰਫ ਉੱਤੇ ਮੈਟਰੋ ਗੱਡੀ ਚੱਲਦੀ ਇਹ ਤਲੇ ਮੁਸਾਫਿਰ ਵਿਚਾਰੇ ਸਹੀ ਕੱਢੇਂਦੇ ਨੇ ਕਈ ਆ ਕੇ ਰੈਸਟ ਕਰਦੇ ਨੇ ਕਈ ਸਮਝਦੇ ਨੇ ਇਹ ਤਲੇ ਬਿਹਤਰੀਨ ਮਾਹੌਲ ਹੈ ਇਹ ਸ਼ੋਦਾ ਮੁਸਾਫਿਰ ਸੁੱਤਾ ਪਿਆ ਪਤਾ ਨਹੀਂ ਕਿੱਥੋਂ ਦਾ ਨਹੀਂ ਇਹ ਵਹਿੰਦੇ ਪਏ ਰਿਕਸ਼ਿਆਂ ਵਾਲੇ ਪਾਸੇ ਰਿਕਸ਼ੇ 'ਤੇ ਬਾਂਧੇ ਹੈ ਵਹਿੰਦੇ ਪਏ ਮੁਮਤਾਜ਼ਾਬਾਦ ਉੱਥੋਂ ਥੋੜ੍ਹਾ ਜਿਹਾ ਕੰਮ ਹੈ ਤਾਂ ਵੱਧ ਵੈਸੂ ਗੱਲਾਂ ਮੰਡੀ ਫਾਈਨਲੀ ਸਹੀ ਪਹੁੰਚ ਗਿਆ ਮੁਮਤਾਜ਼ਾਬਾਦ ਇਹ ਮੋਬਾਈਲ ਮਾਰਕੀਟ ਹੈ ਇੱਥਾਂ ਖਰੀਦ ਫਰੋਖਤ ਥੀਂਦੀ ਹੈ ਇੱਥਾਂ ਕੋਈ ਬਈ ਦੁਕਾਨ ਕੋਈ ਸਿਰਫ ਮੋਬਾਈਲਾਂ ਦੇ ਰਿਲੇਟਡ ਹਰ ਦੁਕਾਨ ਤੋਂ ਕੁਮ ਨਜ਼ਰ ਆ ਸੀ ਫਾਈਨਲੀ ਸਹੀ ਮੁਲਤਾਨ ਮੋਬਾਈਲ ਸ਼ੋਪ 'ਤੇ ਪਹੁੰਚ ਗਏ ਹੈ ਜਿਨ੍ਹਾਂ ਕੋਲ ਮੋਬਾਈਲ ਕੀਤਾ ਸੀ ਮੌਲੀ ਸਾਹਿਬ ਦੇ ਛੋਟੇ ਭਾਈ ਬੈਠੇ ਨੇ ਪਿਛਲੀ ਦਫਾ ਅਸਲਾਮ ਅਲੈਕੁਮ ਮੌਲੀ ਸਾਹਿਬ ਕੀ ਹਾਲ ਹੈ ਅਸਲਾਮ ਸਰ ਕੀ ਹਾਲ ਹੈ ਠੀਕ ਹੈ ਅਲਹਮਦੁਲਿਲਾ ਤੁਸੀਂ ਠੀਕ ਹੈ ਬਸ ਸਰਾਇਕੀ ਵਿੱਚ ਤੁਸੀਂ ਕਿਉਂਕਿ ਸਾਰਾ ਕਮਲਾ ਸਰਾਇਕੀ ਚੈਨਲ ਹੈ ਅਸਾਂ ਦੇ ਵੀ ਆਪਣੀ ਸਰਾਇਕੀ ਕੋ ਪ੍ਰਮੋਟ ਅਲਹਮਦੁਲਿਲਾ ਅੱਲਾ ਦਾ ਸ਼ੁਕਰ ਤੁਹਾਡਾ ਕੀ ਹਾਲ ਹੈ ਠੀਕ ਹੋ ਅਲਹਮਦੁਲਿਲਾ ਤੁਹਾਡਾ ਨਾਮ ਸਹੀ ਜ਼ਾਹਿਦ ਗਫੂਰ ਮੁਲਤਾਨ ਮੋਬਾਈਲ ਤੋਂ ਅੱਛਾ ਮਾਸ਼ਾਅੱਲਾ ਅੱਛਾ ਆਪਣਾ ਐਡਰੈਸ ਵੀ ਦੱਸਿਆ ਸੋਚਿਆ ਮੱਤਾ ਕੋਈ ਆਵੇ ਸਹੀ ਸਾਡੇ ਇਲਾਕੇ ਜੋ ਘਿਨਣ ਮੁਮਤਾਜ਼ਾਬਾਦ ਮੋਬਾਈਲ ਮਾਰਕੀਟ ਦੇ ਵਿੱਚ ਤੀਜੀ ਗਲੀ ਦੇ ਵਿੱਚ ਦੁਕਾਨ ਨੰਬਰ 105 ਮੁਲਤਾਨ ਮੋਬਾਈਲਸ ਅੱਛਾ ਤੇ ਕਿਹੜੇ ਕਿਹੜੇ ਮੋਬਾਈਲ ਹੁੰਦੇ ਨੇ 20000 ਤੋਂ ਗਿਣ ਕੇ ਤੇ 5 ਲੱਖ ਤੱਕ ਅੱਛਾ ਨਹੀਂ ਭਾਈ ਆਈਫੋਨ 1 ਪਲੱਸ ਆਈਫੋਨ 1 ਟੂ ਆਲ ਮਿਲਵੇਸ਼ਨ 1 ਪਲੱਸ ਸਾਰੇ ਮਿਲਵੇਸ਼ਨ ਓਪੋ ਵੀਵੋ ਟੈਕਨੋ ਇਨਫਿਨਿਕਸ ਡੱਬਾ ਪੈਕ ਜੂਸ ਦੇ ਵਿੱਚ ਐਕਸੈਸਰੀਜ਼ ਹਰ ਸ਼ੈ ਕੰਪਲੀਟ ਮਿਲ ਰਹੀ ਹੈ ਅੱਛਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ ਇਹ ਸਹੀ ਮੋਬਾਈਲ ਲੱਗੇ ਪੈਣ ਤਾਂ ਤਕਰੀਬਨ ਜਾਪਾਨੀ ਮੋਬਾਈਲ ਹੁੰਦੇ ਨੇ ਹਾਂ ਬੈ ਵੀ ਮਿਲ ਵੈਨ ਨੇ ਸਾਨੂੰ ਬੜਾ ਤਾਮਨ ਕਰੇਂਦੇ ਨੇ ਮੈਂ ਦੂਜਾ ਮੋਬਾਈਲ ਇਹਨਾਂ ਕੋਲ ਘਿੰਦਾ ਪਿਆ ਇਹਦਾ ਥੋੜ੍ਹਾ ਮਸਲਾ ਆਈ ਮੈਂ ਕਿ ਹੈਲਥ ਘਟੈਂਦਾ ਵੈਂਦਾ ਆਈ ਮੈਂ ਕਿ ਪਤਾ ਕਰੂੰ ਜਾ ਤਾਂ ਕਿ ਕੱਲ੍ਹ ਕੋਈ ਜ਼ਿਆਦਾ ਮਸਲਾ ਨਾ ਹੋਵੇ ਤਾਂ ਤੂੰ ਨਾ ਆਪਣਾ ਯੂਜ਼ ਕਰਨ ਦਾ ਤਰੀਕਾ ਦੱਸ ਹੈ ਹੁਣ ਵੈਂਦੇ ਪਏ ਗੱਲਾਂ ਮੰਡੀ ਤੇ ਤੂੰ ਸਾਰਾ ਸੋ ਸਾਡੇ ਨਾਲ ਨਾਲ
दिल्ली से ही असा ही टाइम पहुंच गए गल्ला मंडी ए साडे उस्ताद मोहतरम अस्सलाम वालेकुम सही उस्ताद रन मुरीद अस्सलाम वालेकुम उस्ताद जी यार नहीं कौन वे उस्ताद साडे बाबा असन कम में जाए ए सही ए हुन उस्ताद बनन तो जेड़ा ए मुकरे बैठन अल्लाह अल्लाह करो नमाज रोजा करो वे मुल्क दी खैर मंगो अच्छा वोट के को दीता आवे वोट असन दाल को दीता वे फेको हमने भाई पीटीआई को दिया है बड़ा वोट छोटा वोट शहीद वाले को माल वगैरह है माल ओके अच्छा ओके अच्छा मैं मार्केट में जाता हूँ ना तो मुझे वो कहते हैं भाई हल्दी इतनी महंगी क्यों है हल्दी आप ये बता दें पे क्यों महंगी है भाई अभी भी 24,000 100-200 रुपए कम बस ये रेट चल रहा है साबत का रेट है किसी भी का नहीं वैसे परचून जो है 650 रुपए पड़ती है 650 क्या 700 या 750 पड़ती है तकरीबन ईसाई के बाद 750 पड़ जाती है कोट भी आती है ना 750 पड़ती है फिर ऊपर वो पैकिंग का खर्चा है दूसरा माल भी खालिस मैं बेच रहा हूँ 800 रुपए किलो कोई वो नहीं इसमें आज 800 रुपए सही तो ये दुकानदार कहते हैं भाई तुम्हारा रेट ज्यादा है तो थोड़ा उनको समझा दो जो कम रेट वाली सदा रेट तो नहीं है कम रेट होगी तो फिर कम कर देंगे फिलहाल जो कम रेट वाली होती है वो होती क्या है हल्दी होती है या क्या होता है भाई जान वो मिक्सिंग वाला ही होता है अब हम क्या बताए क्या क्या डालते हैं अल्लाह माफी दे ना हम मशवरा देते हैं ऐसा ना हम डालते ना हमारे काग अच्छा ये बताए अल्लाह को हाजिर नाजर कह के ठीक है मैं माल खालिस बनाता हूँ मैं खुद जाके कभी चक्की पे मेरा चक्कर लगता है ना तो पेमेंट मैं लेने जाता हूँ या कभी बिल लेने जाता हूँ माल पेवर ही बन रहा होता है और बंदों का बन रहा होता है लेकिन इनका नहीं इनका एक नंबर बन रहा होता है तो यही जैसे एक मिसाल है 8 मन 10 मन माल जाता है तो वो फिर 8-10 कट्टे निकलते हैं लेकिन 2 नंबरी का जो ये हिसाब होता है अगर 3 मन भी जा रहे हैं ना उनके 10 कट्टे निकल रहे होते हैं और वो मिक्सिंग एक मन के अंदर जो है 4 किलो खोट भी आ जाती है ना 4 किलो मामूली बात है आ जाती है इतनी तो आ जाती है ना? आ जाती है कम बेस हो जाती है माल की कंडीशन पे है कभी नमी वाला तो हमें जो है ना दुकानदार बहुत परेशान करते हैं कहते हैं यार ये इतना रेट इतना मैंने कहा भाई आज जो है ना ऑन द रिकॉर्ड लाइव साबुत ले लाला पिलवाओ वाल चौक पता लग रहे थी कितने भी कितने भी है 100 थिंदे इंशाल्लाह अल्लाह खैर करे ए ए भाई लाला आप खलो के चक्की दे हर बंदे दा काम नहीं चक्की दे खलोना आप खलो के पिसवे दे अल्लाह के ये फोन करे तो वली दा माल पिस सकदे लेकिन ये आप आंदे जिम्मेवारी किंदे बाकी तुम्हारी अपनी मर्जी है सही रोजी रोजी तो मिलनी है अल्लाह कहीं ना कहीं सही तरफो रोजी मिलनी है लेकिन बंदा मेहनत करे दे ए चावे साकू आके ऐसा बनवा के बैठो लेकिन नहीं ये तुम्हारे ਵਸੇ ਆਨੇ ਖੁਦ ਤੇ ਚੱਕੀ ਤੇ ਬੈਨੇ ਤੇ ਮਾਲ ਬਣੇ ਅਸਾਂ ਇੰਦੀ ਨਹੀਂ ਬਈ ਯਾਰ ਜਿਹੜੀ ਗੱਲ ਸਿੱਧੀ ਹੈ ਨਾ ਇਮਾਨਦਾਰੀ ਉਹ ਕਰਿੰਦੇ ਪਿਆ ਇੰਦੀ ਤਾਰੀਫ ਨਹੀਂ ਕਰਿੰਦੇ ਪਏ ਮਾਲੀਫ ਦੀ ਕੁਆਲਿਟੀ ਦੀ ਤਾਰੀਫ ਮਿਹਨਤ ਕਰਿੰਦੇ ਠੀਕ ਹੈ ਸਹੀ ਐਸਾ ਜਲਦੀ ਜਲਦੀ ਸਮਾਨ ਗਿਣੋ ਹਾਂ ਗਿਣੋ ਸਹੀ ਸਮਾਨ ਸਾਬਤ ਗਿਣੋ ਸਹੀ ਘਰ ਵਾਲੀ ਕੋ ਆਕੋ ਕੁੱਟੋ ਕੁੰਡੀ ਸੋਟ ਨਾਲ ਉਹ ਮਿਰਚਾਂ ਨਾ ਕੁੱਟੇ ਜੀ ਸੋ ਕੁੱਟੇ ਸੀ ਇਹ ਸਹੀ ਮਕਈ ਪਈਏ ਇਹ ਹਲਦੀ ਦੇ ਵਿੱਚ ਮਿਕਸ ਕਰਦੇ ਨੇ ਤੁਸੀਂ ਲੋਕ ਆਦੇ ਵੇ ਵੀ ਮਹਿੰਗੀ ਤੇ ਸਸਤੀ ਵਾਲੀ ਕਹਾਣੀ ਮਿਰਚਾਂ ਦੇ ਵਿੱਚ ਇਹ ਮਿਰਚਾਂ ਦੇ ਵਿੱਚ ਪਵੇਂਦੀ ਹੈ ਇਹ ਬੀਜ ਹੈ ਇਹ ਤਲੇ ਪਿਛਵਾੜੀ ਕੁਛ ਨਹੀਂ ਕਿਸ ਰਹਿੰਦੇ ਨੇ ਪਿਛਾੜ ਇਹ ਕੋ ਕਿਸ ਰਹਿੰਦੇ ਨੇ ਇਹ ਸਹੀ ਇਹ ਹੋਏ ਪੱਤੀ ਤੇ ਬੀਜ ਹੈ ਮਿਰਚ ਪੱਤੀ ਬੀਜ ਹੈ ਮਿਰਚਾਂ ਇਹ ਇਹ ਤੁਸੀਂ ਆਪ ਅੰਦਾਜ਼ਾ ਲਾਓ ਵੀ ਇਹ ਕਿਸ ਵਿੱਚ ਪੈਂਦੇ ਨੇ ਮਿਰਚਾਂ ਹੈ ਹੁਣ ਬਸ ਕੀ ਆਪ ਜਿਹੜਾ 2 ਨੰਬਰ ਲਾੜ ਤਿਆਰ ਤੇ ਇਹ ਮਕਈ ਕਿਸ ਵਿੱਚ ਪੈਂਦੇ ਨੇ ਇਹ ਹਲਦੀ ਹੈ खालिस माल बने आज दिन बड़ा अरसा तू काम करो पे साफ सुथरा काम बेहतरीन मिट्टी खाके तू पाग जगह साफ सुथरी दे माल पिसाई थी के गटुआ में पैक थी चुका है ए साकिब भाई खड़े उस्ताद सजाद दे बेटे तू अपना नाम दस समझ नहीं आई शोर शराबा मोहम्मद सलमान खैर तेरी जिंदगी दी खैर अपना नाम दस जल्दी जल्दी बबलू अपना नाम दस
मोहम्मद फियाज और वापसी घर पास याद रखे सो रासो सा फैनली सही खैर नाल पहुँच गए हैं अपने जिले लइए दे विच बलोच टर्मीनल ते तो को आज असल कमले सरायकी नाल मिलूं जेड़ा साकू कमला बना के आप गायब थी गए अस्सलाम वालेकुम तमाम वीवर उम्मीद करे ने सब खैर खरियत नाल होसिन असा पहले तो आप ही कमले सरायकी से लेकिन हुन कमले सरायकी के फैन बने वदे से हुन अपने काम कार च मसरूफ होंदे से अल्लाह ताला ई सेकंड कमले सरायकी को कामयाबी देवे मेहनत भी बड़ी करे ने पैन क्योंकि थोड़ा सा कमला सरायकी आप जो कमले सरायकी दा फैन थी वद है पर गाल ही मुक गई बाकी उम्मीद करे ने सब दोस्त अहबाब खैर व खरियत नाल हुसैन अस्सलाम असल सही छोटे भाई ने मेरे इन दा असल ना है सैयद हबाब मेहदी नकवी अल बुखारी अल बुखारी अल बुखारी माशाल्लाह बलोच टर्मिनल ते होंदे सिक्योरिटी इंचार्ज इन्हां दा माशाल्लाह अच्छी जॉब लग गई है बत सागू कल्हा छोड़ के टुर गए हैं अपने ये जिले दे विच वसदे पैन ते असा जिले दी तहसील च वसदे पैन काफ़ी लेट थी वसूँ घर वेंदे तक तो उम्मीद करेंदे हैं आज दी वीडियो अच्छी लगी हो सी अगर आज दी वीडियो अच्छी लगी हो कमेंट्स च लाजमी अपनी राय देवनी हंसते रहो वसदे रहो बादशाह रहो लाइक फॉलो सब्सक्राइब कीती रहो ये वीडियो तक करें नहीं थी एंड अगर हे जिंदगी जींदे रही हो से तो कल नवी वीडियो मिलसूँ ओतनी अल्लाह सोने दे हवाले पाकिस्तान जिंदाबाद।